ਬਰਸਾਤ ਦਾ ਮੌਸਮ ਹੈ ਤੇ ਲਗਾਤਾਰ ਡਾਇਰੀਆ ਦੇ ਕੇਸ ਦੇ ਨਾਲ ਨਾਲ ਹੋਰ ਵੀ ਕਈ ਜਿਹੜੇ ਸਿਮਟਮਸ ਨੇ ਫੀਵਰ ਕਫ ਕੋਲਡ ਇਸ ਤਰ੍ਹਾਂ ਦੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਹਸਪੀਟਲਸ ਦੇ ਵਿੱਚ ਅਰੇਂਜਮੈਂਟਸ ਵੀ ਕੀਤੇ ਹੋਏ ਨੇ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਕੁੰਬੜਾ ਦਾ ਇੱਕ ਪਿੰਡ ਹੈ ਜਿੱਥੇ ਡਾਇਰੀਆ ਦੇ ਕੇਸਿਸ ਆਏ ਸੀ, ਹਾਲਾਂਕਿ ਹੁਣ ਕੁਝ ਰਾਹਤ ਦੀ ਗੱਲ ਹੈ ਕਿ ਕਾਫੀ ਕੇਸਿਸ ਜਿਹੜੇ ਆ ਘਟੇ, ਲੇਕਿਨ ਦੂਜੇ ਪਾਸੇ ਹਸਪੀਟਲ ਦੇ ਵਿੱਚ ਕਫ ਦੇ ਜਾਂ ਫੀਵਰ ਦੇ ਇਸ ਤਰ੍ਹਾਂ ਦੇ ਕੇਸਿਸ ਜਿਹੜੇ ਆ ਸਿਮਟਮਸ ਦੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ। ਸਾਡੇ ਨਾਲ ਸੀਨੀਅਰ ਡਾਕਟਰ ਨੇ, ਡਾਕਟਰ ਬਲਦੀਪ ਕੌਰ ਨੇ। ਮੈਡਮ, ਕਿਉਂਕਿ ਬਰਸਾਤ ਦਾ ਮੌਸਮ ਹੈ, ਡਾਇਰੀਆ ਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਦੇ ਜਿਹੜੇ ਕੇਸਿਸ ਸਾਹਮਣੇ ਆ ਰਹੇ ਤੇ ਕਿਸ ਤਰ੍ਹਾਂ ਰੱਖ ਰਖਾਵ ਜਿਹੜਾ ਉਹ ਕਰਨ ਦੀ ਲੋੜ ਹੈ? ਸਰ, ਅੱਜ ਕੱਲ੍ਹ ਜਿਵੇਂ ਸਾਡੇ ਕੋਲ ਡਾਇਰੀਆ ਆਲਰੇਡੀ ਪਿਛਲੇ 15-20 ਦਿਨਾਂ ਤੋਂ ਕਾਫੀ ਆ ਰਿਹਾ ਸੀ, ਪਰ ਡਾਇਰੀਆ ਹੁਣ ਥੋੜਾ ਠੀਕ ਆ ਰਿਹਾ। ਉਹਦੇ ਵਿੱਚ ਕੋਲਰਾ ਸਾਡੇ ਕੋਲ ਕਾਫੀ ਵਰੀਸਮ ਸੀਗਾ, ਬਿਕੋਜ਼ ਕੋਲਰਾ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਸਾਨੂੰ ਟ੍ਰੀਟਮੈਂਟ ਕਾਫੀ ਤੁਰੰਤ ਔਰ ਅਗਰੈਸਿਵਲੀ ਦੇਣਾ ਪੈਂਦਾ ਤੇ ਕਾਫੀ ਪੇਸ਼ੈਂਟ ਪੋਜ਼ਿਟਿਵ ਆਏ ਆ, ਠੀਕ ਹੋਏ ਆ ਔਰ ਅਸੀਂ ਡਿਸਚਾਰਜ ਵੀ ਕੀਤੇ ਆ। ਉਸ ਤੋਂ ਬਿਨਾਂ ਅੱਜ ਕੱਲ੍ਹ ਫੀਵਰ ਆ ਰਿਹਾ, ਫੀਵਰ ਮਤਲਬ 2-3 ਦਿਨਾਂ ਤੋਂ ਫੀਵਰ ਹੈ, ਪਰ ਜੇ ਉਸ ਤੋਂ ਪ੍ਰੋਲੋਂਗ ਹੋ ਰਿਹਾ ਤਾਂ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ, ਕਿਉਂਕਿ ਅੱਗੇ ਅੱਗੇ ਹੁਣ ਜਿਵੇਂ ਹੀ ਮਲੇਰੀਆ ਡੇਂਗੀ ਇਹ ਸੀਜ਼ਨ ਵੀ ਸ਼ੁਰੂ ਹੋ ਜਾਏਗਾ, ਠੀਕ ਹੈ। ਤਾਂ ਇਹਨਾਂ ਪੇਸ਼ੈਂਟਸ ਨੂੰ ਇਹੀ ਰਿਕਮੈਂਡਡ ਹੁੰਦਾ ਕਿ ਜੇ ਅਗਰ 3 ਦਿਨ ਤੋਂ ਬਾਅਦ ਫੀਵਰ ਹੈ ਜਾਂ ਫਿਰ ਉਸ ਤੋਂ ਘੱਟ ਵੀ ਬਟ ਉਹਨੂੰ ਨਾਲ ਕੋਈ ਹੋਰ ਸਾਈਨਸ ਹੈ ਜਿੱਦਾਂ ਕੋਈ ਬਹੁਤ ਜ਼ਿਆਦਾ ਖਾਂਸੀ ਹੈ ਜਾਂ ਕੋਈ ਬਲੀਡਿੰਗ ਹੈ, ਤਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਜਲਦੀ ਸਾਡੇ ਕੋਲ ਆ ਕੇ ਤੁਰੰਤ ਇਲਾਜ ਕਰਾਓ। ਸਿਮਟਮਸ ਕੀ ਹੁੰਦੇ ਆ ਜਿੱਦਾਂ ਤੁਸੀਂ ਕਿਹਾ ਕਿ ਫੀਵਰ ਹੋ ਗਿਆ ਜਾਂ ਕਫ ਹੋ ਗਿਆ? ਸਰ, ਬੇਸਿਕਲੀ ਫੀਵਰ ਦੇ ਵਿੱਚ ਫੀਵਰ ਹੈ, ਬਾਡੀ ਏਕਸ ਹੈ, ਸਰੀਰ ਦਾ ਟੁੱਟਣਾ ਜਿੱਦਾਂ ਬਹੁਤ ਜ਼ਿਆਦਾ, ਭੁੱਖ ਘੱਟ ਲੱਗਣਾ, ਉਲਟੀ ਆਉਣਾ ਜਾਂ ਉਲਟੀ ਵਰਗਾ ਮਨ ਹੋਇਆ ਰਹਿਣਾ, ਉਹ ਵੀ ਅਸੀਂ ਇਹਦੇ ਵਿੱਚ ਲੈਂਦੇ ਹਾਂ, ਕਿਉਂਕਿ ਉਹਦੇ ਵਿੱਚ ਸਾਨੂੰ ਹੈਪੇਟਾਈਟਸ ਵਗੈਰਾ ਵੀ ਰੋਲ ਆਊਟ ਕਰਨਾ ਪੈਂਦਾ। ਏਜ ਗਰੁੱਪ ਵੀ ਹੈਗਾ ਮੈਮ ਇਹਦੇ ਵਿੱਚ, ਕਿ ਛੋਟੇ ਬੱਚੇ ਆ ਜਿਹਨਾਂ ਦੀ ਇਮਿਊਨਿਟੀ ਸਿਸਟਮ ਜਿਹੜੀ ਹੈ? ਸਰ, ਜਿਹੜਾ ਅੱਜ ਕੱਲ੍ਹ ਇਸ ਤੋਂ ਬਿਨਾਂ ਫੀਵਰ ਦਾ ਹੋਰ ਕਾਰਨ ਹੈ ਕਿ ਆਪਾਂ ਰੈਸਪੀਰੇਟਰੀ ਖੰਘ ਜ਼ੁਕਾਮ ਜਿਹੜਾ ਆ ਰਿਹਾ ਨਾ, ਉਹ ਵਾਇਰਲ ਵੀ ਹੋ ਸਕਦਾ, ਬਟ ਉਹ ਇਹ ਕਿ ਬੱਚਿਆਂ ਨੂੰ ਵੱਡਿਆਂ ਨੂੰ ਉਹਨਾਂ ਦੇ ਵਿੱਚ ਅਰਲੀ ਲੋੜ ਹੁੰਦੀ ਹੈ ਕਿ ਆ ਕੇ ਜਲਦੀ ਮੈਡੀਕਲ ਸਪੋਰਟ ਲੈ ਲੈਣਾ ਉਹ, ਅਗਰ ਉਹਨਾਂ ਦਾ ਖਾਂਸੀ ਜ਼ੁਕਾਮ ਠੀਕ ਨਹੀਂ ਹੋ ਰਿਹਾ, ਠੀਕ ਹੈ। ਤੇ ਓਬਵੀਅਸਲੀ ਹਰ ਏਜ ਇਹਦੇ ਨਾਲ ਇਫੈਕਟ ਹੋ ਸਕਦੀ ਹੈ, ਬਟ ਕਿਉਂਕਿ ਯੰਗ ਬੰਦਾ ਰਿਕਵਰ ਕਰ ਜਾਂਦਾ, ਬਟ ਜਿਹੜੇ ਪੇਸ਼ੈਂਟ ਨੂੰ ਕੋਈ ਸ਼ੂਗਰ ਹੈ, ਕਿਡਨੀ ਪ੍ਰੋਬਲਮ ਹੈ, ਛੋਟੇ ਬੱਚੇ ਹੈ ਜਾਂ ਬੁੱਢੇ ਹੈ, ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਮੈਮ, ਇੱਥੇ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਪੂਰੀ ਤਿਆਰੀਆਂ ਹਸਪੀਟਲਸ ਵਗੈਰਾ ਕੀਤੀ ਹੋਈ ਹੈ, ਕਿਸ ਤਰ੍ਹਾਂ ਲੋਕਾਂ ਨੂੰ ਵੀ? ਜੀ ਸਰ, ਸਾਡੇ ਕੋਲ ਜਿੱਦਾਂ ਹੁਣ ਡਾਇਰੀਆ ਆ ਰਿਹਾ ਸੀ ਤਾਂ ਉਹਦੇ ਲਈ ਜੋ ਵੀ ਸਾਨੂੰ ਮੈਡੀਕਲ ਡਰੱਗਸ ਚਾਹੀਦੇ ਸੀ, ਦਵਾਈਆਂ ਚਾਹੀਦੀਆਂ ਸੀ ਜਾਂ ਆਈ ਵੀ ਫਲੂਇਡ ਚਾਹੀਦਾ ਸੀ, ਓ ਆਰ ਐਸ ਪੈਕਟ ਸੀਗੇ, ਉਹ ਸਾਡੇ ਕੋਲ ਅਬੰਡੈਂਸ ਵਿੱਚ ਸੀਗੇ ਜਿਹੜੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਉਸ ਤੋਂ ਬਿਨਾਂ ਬਾਕੀ ਜੋ ਵੀ ਦਵਾਈ, ਜਿਸ ਤਰ੍ਹਾਂ ਦੀ ਵੀ ਫੀਵਰ, ਜਿਸ ਤਰ੍ਹਾਂ ਦਾ ਫੀਵਰ ਹੈ, ਉਸੇ ਤਰ੍ਹਾਂ ਦੀ ਦਵਾਈ ਸਾਡੇ ਕੋਲ ਅਵੇਲੇਬਲ ਹੈ ਤਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਹਰ ਚੀਜ਼ਾਂ ਦੀ ਤਰੀਕ। ਬਿਲਕੁਲ, ਜਿੱਦਾਂ ਮੈਮ ਨੇ ਦੱਸਿਆ ਕਿ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਵੀ ਅਵੇਅਰ। ਮੈਮ, ਇੱਕ ਸਵਾਲ ਇਹਦੇ ਵਿੱਚ ਹੋਰ ਹੈ ਲਾਸਟ, ਕਿ ਗੰਦਗੀ ਨੂੰ ਲੈ ਕੇ ਵੀ ਸਾਫ਼ ਸਫਾਈ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ, ਕਿਉਂਕਿ ਡਾਇਰੀਆ ਜਿੱਥੇ ਫੈਲਿਆ ਉੱਥੇ ਕਾਫੀ ਗੰਦਗੀ ਸੀਗੀ, ਲੋਕਾਂ ਨੂੰ ਵੀ ਤੁਸੀਂ ਅਵੇਅਰ ਕਰ ਰਹੇ ਹੋ ਕਿ ਗੰਦਗੀ ਨੂੰ ਲੈ ਕੇ ਜਾਂ ਫਿਰ ਹੋਰ ਵੀ ਚੀਜ਼ਾਂ ਦਾ ਧਿਆਨ ਰੱਖਣਾ? ਬਿਲਕੁਲ ਸਰ, ਇਹਦੇ ਵਿੱਚ ਡਾਇਰੀਆ ਵਿੱਚ ਮੇਨ ਹੈ ਕਿ ਤੁਸੀਂ ਆਪਣੇ ਹੱਥ ਲਗਾਤਾਰ ਧੋਂਦੇ ਰਹਿਣਾ, ਜੇ ਤੁਸੀਂ ਕੋਈ ਮਰੀਜ਼ ਆਲੇ ਦੁਆਲੇ ਆ ਜਾਂ ਜਿਸ ਏਰੀਆ ਵਿੱਚ ਡਾਇਰੀਆ ਫੈਲ ਰਿਹਾ, ਹੱਥ ਜ਼ਿਆਦਾ ਧੋਣਾ ਹੈ, ਪਾਣੀ ਉਬਲਿਆ ਹੋਇਆ ਪੀਣ ਨੂੰ ਅਸੀਂ ਐਡਵਾਈਸ ਕਰਦੇ ਹਾਂ ਉਹਨਾਂ ਨੂੰ, ਜੋ ਫਲ ਸਬਜ਼ੀਆਂ ਉਹਨਾਂ ਨੂੰ ਧੋ ਕੇ ਯੂਜ਼ ਕਰਨ ਦੀ ਐਡਵਾਈਸ ਕਰਦੇ ਹਾਂ ਨਾ, ਤਾਂ ਕਿ ਸਿੱਧਾ ਰੋ ਨਾ ਖਾਧਾ ਜਾਵੇ, ਔਰ ਅਗਰ ਬਹੁਤ ਜ਼ਿਆਦਾ ਡਾਇਰੀਆ ਹੋ ਜਾਂਦਾ ਹੈ ਤਾਂ ਫਿਰ ਅਸੀਂ ਉਹ ਹੈ ਕਿ ਜਲਦੀ ਡਾਕਟਰੀ ਸਹੂਲਤ ਲਈ ਜਾਵੇ। ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਵੀ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਕਿ ਜਿਹੜਾ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਣਾ, ਜੇਕਰ ਤੁਹਾਨੂੰ ਕੋਈ ਮੱਛਰਾਂ ਦਾ ਵੀ ਮੈਮ? ਹਾਂਜੀ, ਜਿੱਦਾਂ ਹੁਣ ਡੇਂਗੀ ਮਲੇਰੀਆ ਅੱਗੇ ਓਬਵੀਅਸਲੀ ਸਪਟੈਂਬਰ ਅਕਟੂਬਰ ਤੋਂ ਸਾਡੇ ਕੋਲ ਹਰ ਸਾਲ ਦੀ ਤਰ੍ਹਾਂ ਫਿਰ ਸਾਡਾ ਬਹੁਤ ਅਬੰਡੈਂਸ ਵਿੱਚ ਆਉਂਦੇ ਆ, ਤਾਂ ਉਹ ਵੀ ਐਡਵਾਈਸ ਕਰਦੇ ਆ ਕਿ ਜਿੱਥੇ ਮੱਛਰ ਹੈ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਉਹਦੀ ਕਲੀਨਿੰਗ ਕੀਤੀ ਜਾਵੇ, ਹਾਂਜੀ, ਮੱਛਰਾਂ ਤੋਂ ਜੋ ਵੀ ਓਡੋਮੋਸ ਸਪਰੇ ਆ ਬਚਾਅ ਰੱਖਿਆ ਜਾਵੇ, ਤਾਂ ਕਿ ਅਸੀਂ ਪਹਿਲਾਂ ਤੋਂ ਹੀ ਤਿਆਰ ਰਹੀਏ ਕਿ ਇਹ ਬਿਮਾਰੀਆਂ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਸਿਮਟਮ ਲੱਗਦਾ ਜਾਂ ਕਿਸੇ ਤਰ੍ਹਾਂ ਲੱਛਣ ਪਾਏ ਜਾਂਦੇ ਤਾਂ ਤੁਸੀਂ ਨਾਲ ਦੇ ਨਾਲ ਡਾਕਟਰ ਨੂੰ ਕੰਸਲਟ ਕਰੋ। ਔਰ ਮੈਮ, ਇੱਕ ਸਵਾਲ ਹੋ ਰਿਹਾ ਕਿ ਇਹਦੇ ਵਿੱਚ ਜਿਹੜੀ ਦਵਾਈਆਂ ਲੋਕ ਲੈ ਲੈਂਦੇ ਹੈ,
ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੈਮਿਸਟ ਤੋਂ ਲੈ ਲਈ ਦੋ ਦਵਾਈਆਂ, ਉਹ ਵੀ ਖਤਰਨਾਕ ਹੁੰਦੀ? ਬਿਲਕੁਲ ਸਰ, ਅਸੀਂ ਬੇਸਿਕਲੀ ਉਹੀ ਮੈਂ ਤੁਹਾਨੂੰ ਦੱਸ ਰਹੀ ਸੀ ਕਿ 3 ਦਿਨ ਤਾਂ ਅਸੀਂ ਵੇਟ ਕਰ ਲੈਂਦੇ ਹਾਂ। ਪੈਰਾਸੀਟਾਮੋਲ ਸੇਫ ਹੁੰਦੀ ਹੈ, ਜੇ ਕਿਸੇ ਨੂੰ ਬੁਖਾਰ ਹੈ, ਸਿਰ ਦਰਦ ਹੈ, ਜਿਵੇਂ ਸਰੀਰ ਟੁੱਟ ਰਿਹਾ, ਤਾਂ ਪੈਰਾਸੀਟਾਮੋਲ ਅਸੀਂ ਐਡਵਾਈਸ ਕਰ ਸਕਦੇ ਹਾਂ। ਬਟ ਜੇ ਤੁਸੀਂ ਨਹੀਂ ਠੀਕ ਹੋ ਰਿਹਾ ਪੇਸ਼ੈਂਟ, ਤਾਂ ਕੈਮਿਸਟ ਤੋਂ ਇੱਦਾਂ ਹੀ ਓਵਰ ਦਾ ਕਾਊਂਟਰ ਐਂਟੀਬਾਇਓਟਿਕ ਦੀ, ਇਹਨਾਂ ਜਿੱਦਾਂ ਮਲੇਰੀਆ ਹੋ ਗਿਆ ਜਾਂ ਡੇਂਗੂ ਵਿੱਚ ਲੋੜ ਨਹੀਂ ਹੁੰਦੀ, ਠੀਕ ਹੈ, ਇਹਨਾਂ ਦੀ ਟ੍ਰੀਟਮੈਂਟ ਅਲੱਗ ਤੋਂ ਹੈ, ਤਾਂ ਫਿਰ ਉਸੇ ਹਿਸਾਬ ਨਾਲ ਇੱਦਾਂ ਹੀ ਕੋਈ ਦਵਾਈ ਲੈ ਕੇ ਨੁਕਸਾਨ ਹੋ ਜਾਏ ਉਸ ਤੋਂ ਪੁੱਛ, ਅੱਛਾ ਹੈ ਕਿ ਡਾਕਟਰੀ ਕੰਸਲਟ ਕਰਕੇ ਫਿਰ ਲਓ ਉਸ